एविनमो कंपनी ਨੂੰ ਦਿੱਤਾ ਫਰੋਡ ਦਾ ਨਾਮ। ਲੋਕਾਂ ਨੇ ਆਪਣੀ ਸਪਸ਼ਟੀਕਰਨ ਦਿੰਦਿਆਂ ਹੋਇਆ ਕਿਹਾ ਕਿ ਇਹ ਕੰਪਨੀ ਫਰੋਡ ਹੈ। ਮੇਰੀ ਮੰਗ ਆ ਕਿ ਮੇਰੇ ਪੈਸੇ ਵਾਪਸ ਕੀਤੇ ਜਾਣ। ਅੱਜ ਕੱਲ ਲੋ ਜੇ ਅੱਗੇ ਇੱਥੇ ਕਾਰਵਾਈ ਨਹੀਂ ਕਰਦੇ ਅੱਗੇ ਕੀ ਕਰੋਗੇ? ਧਰਨਾ ਲਾ ਲਾਂਗੇ। ਤੁਸੀਂ ਉੱਥੋਂ ਰਾਮਪੁਰਾ ਫੂਲ ਤੋਂ ਲੁਧਿਆਣੇ ਆਉਂਗੇ ਕੰਪਨੀ ਧਰਨਾ ਲਾਉਣ? ਹਾਂਜੀ। ਤੁਸੀਂ ਉਸ ਟਾਈਮ ਉਹਨਾਂ ਦਾ ਵਿਰੋਧ ਨਹੀਂ ਕੀਤਾ ਵੀ ਹਾਂ ਵੀ ਤੁਸੀਂ ਮੈਨੂੰ 2000 ਦਾ ਸਮਾਨ ਦੇ ਕੇ 10000 ਦਾ ਵੀ ਸੀ ਜੀ, ਹੈ ਨਾ ਜੀ, ਉਹ ਮੂਰੇ ਕੋਈ ਗੱਲ ਹੀ ਇਹੋ ਜੀ ਕਰਦੇ ਸੀ ਜਾਂ ਚੁੱਪ ਕਰ ਜਾਂਦੇ ਸੀ ਬਸ। ਹੁਣ ਉਹਨਾਂ ਨੇ 40000 ਦਾ ਸਮਾਨ ਦੇਤਾ, ਫਿਰ ਤੁਸੀਂ ਬੰਦੇ ਕਿਉਂ ਲਾਉਣੇ ਆ? ਤੁਸੀਂ ਜਦੋਂ ਪੈਸੇ ਪੂਸੇ ਭਰਾ ਲੈਂਦੇ ਆ ਜੀ ਇਹ, ਉਦੋਂ ਦੱਸਦੇ ਵੀ ਆ ਕੱਪੜੇ ਵੇਚੋ। 3 ਮਹੀਨੇ ਦੇ ਵਿੱਚ ਤੁਹਾਨੂੰ ਕੋਈ ਪੈਸਾ ਕੰਪਨੀ ਵੱਲੋਂ? ਕੁਛ ਵੀ ਨਹੀਂ ਆ ਜੀ, ਖਰਚ ਹੀ ਹੋਇਆ ਸਾਡਾ। ਸੁਣਿਆ ਜਾਂਦਾ ਕਿ 3 ਦਿਨਾਂ ਦੀ ਟ੍ਰੇਨਿੰਗ ਹੁੰਦੀ ਆ, ਉਹਦੇ ਵਿੱਚ ਟ੍ਰੇਨਿੰਗ 'ਚ ਤੁਹਾਨੂੰ ਕੁਝ ਦੱਸਿਆ ਨਹੀਂ ਸੀ ਉਹਨਾਂ ਨੇ? ਨਹੀਂ ਕੁਛ ਨਹੀਂ ਦੱਸਦੇ ਜੀ। ਉਹ 'ਚ ਕੀ ਨਹੀਂ ਹੋਈ ਸੁਣਾਉਂਦੇ ਨੇ, ਇਹੋ ਜੀ ਬੰਦੇ ਦੇ ਡਿਸਪੈਂਸਰ ਜ਼ਿਆਦਾ ਪਾ ਦਿੰਦੇ, ਹੈ ਨਾ, ਵੀ ਆਪਦੀਆਂ ਗੱਲਾਂ 'ਚ ਕਮਲ ਮਾਰਨ ਲਾ ਦਿੰਦੇ ਬੰਦੇ ਨੂੰ, ਵੀ ਬੰਦਾ ਉਹਨਾਂ ਦੇ ਫਸ ਜਾਂਦਾ। ਚਲੋ ਸਹੀ। ਗੁਰਪੀਚ ਬਰਾੜ ਜੀ ਨਾਲ ਗੱਲ ਹੋ ਰਹੀ ਹੈ, ਅਵਿਨਮੋ ਕੰਪਨੀ ਹੈ, ਉਹਨਾਂ ਦੇ ਓਨਰ ਹੋ ਤੁਸੀਂ? ਹੈ ਜੀ ਜੀ ਬਿਲਕੁਲ ਜੀ। ਇਸ ਸਮੇਂ ਤੁਹਾਡੀ ਪੰਜਾਬੀ ਵਿਰਸਾ ਚੈਨਲ ਤੋਂ ਗੱਲ ਹੋ ਰਹੀ ਹੈ। ਸਰ ਇਹ ਕਾਲ ਨਾ ਮੈਂ ਤੁਹਾਡੀ ਸਟੇਟਮੈਂਟ ਲੈਣਾ ਚਾਹੁੰਦਾ ਹਾਂ, ਕਿਉਂਕਿ ਤੁਹਾਡੀ ਕੰਪਨੀ ਦੇ ਉੱਤੇ ਕੁਝ ਇਲਜ਼ਾਮ ਲਗਾਏ ਨੇ ਕੁਝ ਬੱਚਿਆਂ ਨੇ ਜਿਹੜੇ ਤੁਹਾਡੇ ਨਾਲ ਡਿਸਟ੍ਰੀਬਿਊਟਰ ਨੇ ਸ਼ਾਇਦ, ਜੋ ਤੁਹਾਡੀ ਕੰਪਨੀ ਦਾ ਸ਼ਿਕਾਰ ਹੋਏ ਨੇ, ਜਿਨ੍ਹਾਂ ਨੂੰ ਮੈਂ ਸਪਸ਼ਟ ਰੂਪ ਦੇ ਵਿੱਚ ਇਹ ਕਹਿਣਾ ਚਾਹੁੰਦਾ ਹਾਂ। ਠੀਕ ਹੈ ਜੀ ਜੀ। ਪਹਿਲਾਂ ਤਾਂ ਸਰ ਤੁਹਾਡਾ ਧੰਨਵਾਦ, ਤੁਸੀਂ ਕੰਟੈਕਟ ਕਰਕੇ ਚੀਜ਼ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ। ਜੀ ਬਿਲਕੁਲ 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 ਰਾਈਟ। ਬਹੁਤ ਇੱਕ ਰਿਸਪੋਨਸੀਬਲ ਜਿਹੜਾ ਹੈ ਜਰਨਲਿਸਟ, ਉਹਨਾਂ ਦੀ ਇਹ ਹੁੰਦਾ ਗਾ, ਨਹੀਂ ਤਾਂ ਬਹੁਤ ਸਾਰੇ ਕੀ ਆ ਆਪਣੇ ਵੱਲੋਂ ਸੁਣੀਆਂ ਹੋਈਆਂ ਗੱਲਾਂ ਨੂੰ ਸਿਰਫ ਉਹ ਵਿੱਚ ਮੈਂਸ਼ਨ ਕਰਕੇ ਨਾ ਉਹਨਾਂ ਚੀਜ਼ਾਂ ਨੂੰ ਅੱਗੇ ਜੀ ਸ਼ੇਅਰ ਕਰ ਦਿੰਦੇ ਨੇ ਜੀ ਜੀ। ਤਾਂਦਰਾ ਰੋਡ ਦੇ ਉੱਤੇ ਆਪਣਾ ਆਫਿਸ, ਰਜਿਸਟਰਡ ਆਫਿਸ ਆਪਣਾ ਓਪਨ ਹੈ, ਠੀਕ ਹੈ ਜੀ। ਜੋ ਕੰਪਨੀ ਹੈ ਉਹ MCA ਤੇ ਰਜਿਸਟਰਡ ਆ, ਮਿਨਿਸਟਰੀ ਆਫ ਕਾਰਪੋਰੇਸ਼ਨ ਅਫੇਅਰਸ ਆ, ਠੀਕ ਹੈ ਜੀ। ਇਸ ਤੋਂ ਇਲਾਵਾ ਕੰਪਨੀ ਦੇ ਡਾਕੂਮੈਂਟਸ ਦੇ ਵਿੱਚ ਪੈਨ ਕਾਰਡ, ਟੈਨ, GST, ਠੀਕ ਹੈ, ਜੋ ਵੀ ਲੀਗਲ ਡਾਕੂਮੈਂਟਸ ਨੇ ਉਹ ਸਾਰੇ ਅਸੀਂ ਕੰਪਲੀਟ ਕੀਤੇ ਹੋਏ ਨੇ ਜੀ। ਮੈਂ ਇਸ ਦੇ ਨਾਲ ਹੀ ਇੱਕ ਸਵਾਲ ਮੇਰਾ ਇਹ ਵੀ ਹੈ ਕਿ EDS ਦਾ ਤੁਹਾਡੇ ਕੋਲ, ਕਿਉਂਕਿ ਮੈਂ ਪਿਛਲੇ ਦਿਨ ਹੀ ਤੁਹਾਡੇ ਕੁਝ ਡਿਸਟ੍ਰੀਬਿਊਟਰ ਨਾਲ ਗੱਲ ਕੀਤੀ, EO ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਸਾਡੇ ਕੋਲ UAM ਨੰਬਰ ਹੈ, GST ਨੰਬਰ ਹੈ, ਜਾਂ ਫਿਰ ਸਾਡੇ ਕੋਲ ਇੱਕ ਦੋ ਸਰਟੀਫਿਕੇਟ, ਟ੍ਰੇਡ ਮਾਰਕ ਨੰਬਰ ਹੈ, ਪੈਨ ਕਾਰਡ ਹੈ, ਪਰ ਇਸ ਦੇ ਨਾਲ ਸਾਡੇ ਕੋਲ EDS ਸਰਟੀਫਿਕੇਟ ਨਹੀਂ ਹੈ, ਇਹ ਜਾਣਕਾਰੀ ਸਹੀ ਹੈ? ਜੀ ਸਰ, ਮੈਂ ਨਾ ਤੁਹਾਨੂੰ IDS ਦੇ ਦਾ ਥੋੜਾ ਜਿਹਾ ਕਲੀਅਰ ਕਰ ਦੇਣਾ, ਉਹ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ, ਮੇਰੀ ਵਰਡਿੰਗ ਨਹੀਂ ਹੈ। ਜੀ ਜੀ ਜੀ। IDS ਇੱਕ ਆਟੋਨੋਮਸ ਆਰਗੇਨਾਈਜੇਸ਼ਨ ਹੈ ਜੀ ਜੀ, ਬਹੁਤ ਵਧੀਆ, ਲੋਕਾਂ ਨੂੰ ਇੱਕ ਵਰਕ ਓਪਰਚੁਨਿਟੀ ਵੀ ਮਿਲੀ ਹੈ ਦੇ ਥਰੂ। ਵਰਕ ਓਪਰਚੁਨਿਟੀ ਦੇ ਨਾਲ ਹੀ ਮੈਂ ਇੱਕ ਮਿੰਟ ਇੱਥੇ ਵੀ ਸਟਾਪ ਲੈਣਾ ਆ ਕਿ ਵਰਕ ਓਪਰਚੁਨਿਟੀ ਤਾਂ ਤੁਸੀਂ ਬੜੇ ਸਹਿਜੇ ਜੇ ਕਹਿ ਦਿੱਤਾ, ਪਰ ਸਾਡੇ ਕੋਲ ਇਸ ਤਰ੍ਹਾਂ ਦੇ ਕਈ ਐਸੇ ਪਰਸਨ ਆਏ ਨੇ ਜੋ ਵਰਕ ਨਹੀਂ ਮਿਲ ਪਾਇਆ ਉਹਨਾਂ ਨੂੰ, ਉਹਨਾਂ ਦਾ ਫਿਊਚਰ ਖਰਾਬ ਹੋ ਗਿਆ ਕਿਉਂਕਿ ਉਹਨਾਂ ਨੇ ਮੋਬਾਈਲ ਗਿਰਵੀ ਰੱਖੇ, ਤੁਸੀਂ ਉਹਨਾਂ ਨੂੰ ਗੁੰਮਰਾਹ ਕੀਤਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੈਂ ਤੁਹਾਡੇ ਤੋਂ ਇਹ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ। ਇਸ ਤੇ ਇਲਾਵਾ ਮੈਂ ਤੁਹਾਡਾ ਇਹ ਸਪਸ਼ਟੀਕਰਨ ਲੈ ਲਿਆ, ਪਰ ਮੈਂ ਸੈਟੀਸਫਾਈ ਤਾਂ ਨਹੀਂ, ਪਰ ਚਲੋ ਕੋਈ ਗੱਲ ਨਹੀਂ, ਤੁਸੀਂ ਆਪਣਾ ਸਪਸ਼ਟੀਕਰਨ ਜਿਸ ਤਰ੍ਹਾਂ। IDS ਦਾ ਭਾਵ ਇਹ ਹੁੰਦਾ ਹੈ ਕਿ ਜੇ ਇੱਕ ਪੈਨ ਹੈ, ਉਹ ਪੈਨ ਆਪਾਂ ਖਰੀਦਦੇ ਹਾਂ, ਜਿੰਨੀ ਉਹਦੀ ਪੂਰੀ ਵੈਲਿਊ ਪੈਂਦੀ ਆ ਉਹ 10 ਰੁਪਿਆ, ਤਾਂ ਉਹ ਐਸੋਸੀਏਸ਼ਨ ਇੱਕ ਐਸੀ ਹੈ ਕਿ ਜੇ ਤੁਹਾਡਾ ਜਿੰਨਾ ਖਰਚਾ ਆਇਆ ਉਹ ਸਾਰਾ ਮਿਲਾ ਕੇ ਤੁਹਾਨੂੰ ਇੱਕ ਸਰਟੀਫਿਕੇਟ ਦਿੰਦੀ ਹੈ ਕਿ ਤੁਸੀਂ ਸਹੀ ਚੱਲ ਰਹੇ ਹੋ, ਰਾਈਟ? ਤਾਂ ਪਰ ਮਤਲਬ ਕਿ ਤੁਹਾਡੇ ਕੋਲ ਉਹ ਸਰਟੀਫਿਕੇਟ ਨਹੀਂ, ਮਤਲਬ ਬਿਲਕੁਲ ਤੁਸੀਂ ਆਪਣੇ ਵੱਲੋਂ ਸ਼ਾਇਦ ਸਹੀ ਜਾਣਕਾਰੀ ਦੇ ਰਹੇ ਹੋਗੇ, ਪਰ ਜੋ ਸੁਣਨ ਦੇ ਵਿੱਚ ਆਇਆ, ਕਿਉਂਕਿ ਇੱਕ ਪਾਸੇ ਲੋਕ ਨੇ ਜਿਹੜੇ ਤੁਹਾਡੇ ਕੋਲ ਜੁਆਇਨ ਹੋਏ ਨੇ, ਤੁਹਾਡੇ ਨਾਲ ਐਸੋਸੀਏਟ ਹੋਏ, ਪਰ ਉਹਨਾਂ ਨੇ ਹੀ ਤੁਹਾਡੇ ਦੇ ਉੱਤੇ ਐਕਸ਼ਨ ਲਿਆ। ਇੱਕ ਪਾਸੇ ਤੁਸੀਂ ਹੋ ਇਕੱਲੇ, ਇੱਕ ਪਾਸੇ ਲੋਕ ਨੇ, ਇੱਕ ਪਾਸੇ ਤੁਸੀਂ ਇਕੱਲੇ ਹੋ, ਪਰ ਉਹਨਾਂ ਲੋਕਾਂ ਦੀ ਇੱਕ ਹੀ ਵਰਡਿੰਗ ਹੈ ਕਿ ਜਦੋਂ 3 ਦਿਨਾਂ ਦੇ ਵਿੱਚ, ਪਹਿਲੇ ਦਿਨ ਸਾਨੂੰ ਇਹ ਦਿਖਾਇਆ ਜਾਂਦਾ ਕਿ ਗੱਡੀਆਂ ਜਾਂ ਫੋਨਸ, ਇਹ ਵੋ ਕੋਠੀਆਂ, ਇਹ ਦਿਖਾਇਆ ਜਾਂਦਾ ਹੈ ਕਿ ਸਾਰਾ ਕੁਛ ਪ੍ਰਾਈਵੇਟ ਹੋ ਚੁੱਕਿਆ, ਫੌਜ ਵੀ ਪ੍ਰਾਈਵੇਟ ਹੋ ਚੁੱਕੀ ਹੈ, ਤੁਹਾਨੂੰ ਇਸ ਕੰਪਨੀ ਨਾਲ ਜੁਆਇਨ ਹੋਣਾ ਪੈਣਾ, ਮਤਲਬ ਕਿ ਕਿਤੇ ਨਾ ਕਿਤੇ ਗੁਮਰਾਹ ਕੀਤਾ ਜਾਂਦਾ ਆ, ਸਹੀ ਹੈ ਕਿ ਨਹੀਂ? ਨਹੀਂ ਸਰ, ਏਦਾਂ ਦਾ ਨਹੀਂ ਹੈ, ਠੀਕ ਹੈ। ਤੁਹਾਨੂੰ ਮੈਂ ਉਹੀ ਦੱਸਿਆਗਾ ਵੀ ਉਹਦੇ ਵਿੱਚ ਕੰਮ ਦੇ ਹੀ ਬਾਰੇ ਉਹੀ ਕਲੈਰੀਫਿਕੇਸ਼ਨ ਕੀਤੀ ਜਾਂਦੀ ਹੈ, ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਕੰਪਨੀ ਦੀ ਡਿਟੇਲ ਦਿੱਤੀ ਜਾਂਦੀ ਹੈ, ਠੀਕ ਹੈ, ਕਿ ਆਹ ਕੰਪਨੀ ਆ, ਆਹ ਇਹਦੀ ਲੀਗਲ ਡਿਟੇਲਸ ਆ,
ਇਹਨਾਂ ਨੂੰ ਤੁਸੀਂ ਕਿਸ ਵੇ ਨਾਲ ਵੈਰੀਫਾਈ ਕਰ ਸਕਦੇ ਹੋ ਉਹਦਾ ਵੀ ਉਹਨਾਂ ਨੂੰ ਤਰੀਕਾ ਦੱਸਿਆ ਜਾਂਦਾ ਹੈਗਾ, ਠੀਕ ਹੈ। ਕੰਪਨੀ ਦਾ ਸਿਨ ਨੰਬਰ ਹੁੰਦਾ, ਸਿਨ ਨੰਬਰ ਤੁਸੀਂ ਐਡ ਕਰਕੇ MCA ਦੀ ਵੈਬਸਾਈਟ ਦੇ ਉੱਤੇ ਕੰਪਨੀ ਦਾ ਮਾਸਟਰ ਡਾਟਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ, ਕੌਣ ਕੰਪਨੀ ਦੇ ਡਾਇਰੈਕਟਰ ਹੈ, ਕਦੋਂ ਤੋਂ ਚੱਲ ਰਹੀ ਹੈ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਤੁਸੀਂ ਉਹਦੇ ਤੇ ਚੈੱਕ ਕਰ ਸਕਦੇ ਹੋ। ਸਰ ਇਹਦੇ ਨਾਲ ਦੇਖੋ ਡਾਇਰੈਕਟਰ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ, ਲੌਂਗ ਟਰਮ ਲਈ ਜਿਹੜਾ ਨਹੀਂ ਸੋਚਦਾ ਨਾ ਉਹ ਪਰਸਨ ਮੇ ਬੀ ਇਹ ਚੀਜ਼ ਦਾ ਸੋਚੇ ਵੀ ਹਾਂ ਯਾਰ ਮੈਨੂੰ ਕੀ ਦਿਖਾ ਰਹੇ ਆ, ਠੀਕ ਹੈ। ਬਟ ਲੌਂਗ ਟਰਮ ਚੱਲਣ ਵਾਲਾ ਪਰਸਨ ਕੀ ਹੈ, ਉਹ ਇਹਨਾਂ ਚੀਜ਼ਾਂ ਨੂੰ ਚੈੱਕ ਕਰਦਾ ਗਾ, ਠੀਕ ਹੈ, ਵੀ ਹਾਂ ਯਾਰ ਇਹਦਾ ਜੋ ਸਾਨੂੰ ਡੇਟਾ ਦਿੱਤਾ ਗਿਆ ਕੀ ਉਹ ਸਹੀ ਹੈ, ਠੀਕ ਹੈ। ਲੌਂਗ ਟਰਮ ਦੀ ਤੁਸੀਂ ਗੱਲ ਕਰ ਰਹੇ ਹੋ, ਲੌਂਗ ਟਰਮ ਤਾਂ ਕੋਈ ਜਾਂਦਾ ਹੀ ਨੀ, ਤੁਹਾਡੇ ਚਾਰ ਜਿਹੜੇ ਉੱਪਰਲੇ ਨੇ ਜਿਹੜੇ ਕੋਲ ਕੋਲ ਨੇ ਨਾ ਤੁਹਾਡੇ ਕੋਲ ਸਭ ਤੋਂ ਉੱਪਰ ਉੱਪਰ ਉਹੀ ਚਾਰ ਜਿਹੜੇ ਲੌਂਗ ਟਰਮ ਚੱਲ ਰਹੇ ਆ, ਜਿਹੜਾ ਮੈਂ ਦੇਖ ਰਿਹਾ ਕਿ ਸਾਡੇ ਕੋਲ ਇਹ ਨੀ ਕਿ ਆਹ ਦੋ ਚਾਰ ਦਿਨਾਂ ਦੇ ਵਾਲੀ ਗੱਲ ਮੈਂ ਕਰ ਰਿਹਾ, ਮੈਂ ਤੁਹਾਡੇ ਤੋਂ ਇੱਕ ਸਾਲ ਤਾਂ ਵਾਲੇ ਵੀ ਮੇਰੇ ਕੋਲ ਜੂਨ ਤੱਕ ਦਾ ਕੁਝ ਲੋਕ ਆਏ ਨੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਸੋਚਦੇ ਇਹ ਆਏ ਸੀ ਅਸਿਸਟੈਂਟ ਮੈਨੇਜਰ ਤੱਕ, ਇਹ ਮੇਰੇ ਕੋਲ ਰਿਪੋਰਟ ਹੈ ਇਸ ਸਮੇਂ ਦੀ, ਉਹ ਕਹਿੰਦੇ ਕਿ ਇਹ ਅਸਿਸਟੈਂਟ ਮੈਨੇਜਰ ਬਣ ਗਏ ਸਾਨੂੰ ਕੁਝ ਐਸੀਆਂ ਜਿਹੜੀਆਂ ਤੁਸੀਂ ਸਕਸੈਸ ਹੋ ਹੀ ਨਹੀਂ ਸਕਦੇ ਕੰਪਨੀ ਦੇ ਵਿੱਚ, ਕਿਉਂਕਿ ਤੁਹਾਨੂੰ ਕੈਲਕੂਲੇਸ਼ਨਸ ਇਹਨਾਂ ਨੇ ਐਸੀਆਂ ਢੰਗ ਨਾਲ ਦੱਸਣੀਆਂ ਨੇ, ਤੁਸੀਂ ਕਦੇ ਇਹ ਨਹੀਂ ਸੋਚ ਸਕਦੇ ਵੀ ਅਸੀਂ ਉੱਥੇ, ਪਹਿਲਾਂ ਤਾਂ ਤੁਹਾਨੂੰ ਲੱਗੇਗਾ ਕਿ ਹਾਂ ਅਸੀਂ ਆਹ ਰਾਊਂਡ ਪਾਰ ਕਰ ਲਾਂਗੇ ਆਹ ਰਾਊਂਡ ਪਾਰ ਕਰ ਲਾਂਗੇ, ਪਰ ਉਹ ਐਸੇ ਰਾਊਂਡ ਕਦੇ ਕੰਪਲੀਟ ਹੋ ਹੀ ਨਹੀਂ ਸਕਦੇ ਉਹ, ਕਿਉਂਕਿ ਕੈਲਕੂਲੇਸ਼ਨਸ ਇਸ ਢੰਗ ਨਾਲ ਤੁਹਾਨੂੰ ਸਮਝਾਉਂਦੇ ਨੇ। ਨਹੀਂ ਸਰ ਏਦਾਂ ਦੀ ਕੋਈ ਗੱਲ ਨਹੀਂ ਹੈ, ਠੀਕ ਹੈ, ਜੋ ਰਾਊਂਡ ਦੱਸੇ ਜਾਂਦੇ ਨੇ, ਠੀਕ ਹੈ, ਬਹੁਤ ਸਾਰੇ ਪਰਸਨ ਉਹਨਾਂ ਚੀਜ਼ਾਂ ਨੂੰ ਕੁਆਲੀਫਾਈ ਕਰਕੇ ਹੀ ਅੱਗੇ ਪਹੁੰਚੇ ਨੇ, ਠੀਕ ਹੈ। ਮੇਰੀ ਗੱਲ ਸੁਣੋ, ਹਜੇ ਤਾਂ ਸਾਡੇ ਕੋਲ ਕੁਝ ਕੇ ਲੋਕ ਆਏ ਨੇ, ਹਜੇ ਕੁਝ ਕੇ ਬੱਚਿਆਂ ਤੱਕ ਅਸੀਂ ਅਪਰੋਚ ਕੀਤੀ ਹੈ, ਜੀ ਜੀ ਜੀ, ਅਪਰੋਚ ਅਸੀਂ ਕੀ ਕੀਤੀ, ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ, ਫਿਰ ਅਸੀਂ ਉਹਨਾਂ ਦੀ ਗੱਲ ਸੁਣੀ ਆ ਤਾਂ ਉਹ ਆਏ ਨੇ ਸਾਡੇ ਕੋਲ। ਜਦੋਂ ਅੱਜ ਮੈਂ ਇੱਕ ਪੋਸਟ ਅਪਲੋਡ ਕਰਦਾ ਆ ਜਿਹਦੇ ਵਿੱਚ ਇਹ ਮੈਂ ਪੁੱਛਦਾ ਆ ਲੋਕਾਂ ਤੋਂ, ਤਾਂ ਲੋਕ ਉਸ ਦੇ ਵਿੱਚ ਵੀ ਕਮੈਂਟ ਆਪਣੇ ਦੱਸਦੇ ਨੇ, ਤਾਂ ਮੈਂ ਇਸ ਦੇ ਪੂਰੀ ਇਨਫੋਰਮੇਸ਼ਨ ਕਲੈਕਟ ਕਰ ਰਿਹਾ ਆ ਕਿ ਹੈ ਕੀ ਅਸਲ ਸਕੈਮ ਕੀ ਹੈ ਇਸ ਚੀਜ਼ ਦੇ ਉੱਤੇ, ਉਹ ਕਲੈਕਟ ਕਰਕੇ ਮੈਂ ਇਹ ਵੀਡੀਓ ਨੂੰ ਪੂਰੀ ਸਟੋਰੀ ਬਣਾ ਕੇ ਅਸੀਂ ਚਲਾ ਰਹੇ ਹਾਂ, ਪਰ ਮੈਂ ਇਸ ਦੀ ਜਾਣਕਾਰੀ ਪ੍ਰੋਪਰ ਲੈਣਾ ਚਾਹੁੰਦਾ ਸੀਗਾ ਕਿ ਜਿੱਦਾਂ ਹੁਣ ਲੋਕ ਕਹਿ ਰਹੇ ਨੇ, ਮੈਂ ਤੁਹਾਨੂੰ ਕਮੈਂਟ ਪੜ੍ਹ ਕੇ ਵੀ ਸੁਣਾਉਣਾ ਇੱਕ ਦੋ, ਤੁਸੀਂ ਉਹਦੇ ਉੱਤੇ ਮੈਨੂੰ ਟਿੱਪਣੀ ਦੇਣਾ। ਮੇਰੀ ਆਪਣਾ ਸੰਪਤ ਜੀ, ਆਪਾਂ ਕਿਉਂਕਿ ਤੁਸੀਂ ਪਹਿਲਾਂ ਵੀ ਕਾਫੀ ਪੁਆਇੰਟ ਰੱਖੇ ਸੀਗੇ, ਠੀਕ ਹੈ, ਮੈਂ ਚਾਹੁੰਦਾ ਪਹਿਲਾਂ ਆਪਾਂ ਦੇਣਾ ਚਾਹੁੰਦਾ, ਮੈਂ ਸਿਰਫ ਤੇ ਸਿਰਫ ਇਹ ਚਾਹੁੰਦਾ ਆ ਕਿ ਲੋਕਾਂ ਦੇ ਸਵਾਲ ਕੰਪਲੀਟ ਹੋ ਜਾਣ, ਲੋਕਾਂ ਦੇ ਦਿਮਾਗ ਦੇ ਵਿੱਚ ਜੋ ਇੱਕ ਕਹਿ ਰਹੇ ਨੇ ਕਿ ਆ ਮੇਰੇ ਕੋਲ ਇੱਕ ਕਮੈਂਟ ਹੁਣੀ ਆਇਆ ਜਸਟ ਕਿ ਬਿਲਕੁਲ ਜੀ ਇਹ ਕੰਪਨੀ ਲੋਕਾਂ ਦਾ ਫਿਊਚਰ ਖਰਾਬ ਕਰ ਰਹੀ ਹੈ, ਮੇਰਾ ਫਰੈਂਡ ਨਾਲ ਵੀ ਫਰੋਡ ਹੋਇਆ ਦੇਹਰਾਦੂਨ ਵਿੱਚ, ਦੇਹਰਾਦੂਨ ਤੋਂ ਇੱਥੇ ਇੱਕ ਉਹਨਾਂ ਦਾ ਫਰੈਂਡ ਆਉਂਦਾ ਉਹ ਤੁਹਾਡੇ ਇੱਥੇ ਜੁਆਇਨ ਹੁੰਦਾ ਤਾਂ ਉਹਨੇ ਨਾਲ ਵੀ ਫਰੋਡ ਕਿਹਾ ਜਾ ਰਿਹਾ, ਫਰੋਡ ਸ਼ਬਦ ਬਹੁਤ ਅਜੀਬ ਸ਼ਬਦ ਹੁੰਦਾ ਆ ਕਿ ਤੁਸੀਂ ਉਹ ਤੁਹਾਡੇ ਤੇ ਉੱਤੇ ਲਗਾਇਆ ਜਾ ਰਿਹਾ ਧੱਬਾ, ਤੁਸੀਂ ਇਸ ਦੇ ਬਾਰੇ ਸਪਸ਼ਟੀਕਰਨ ਮੈਨੂੰ ਪ੍ਰੋਪਰ ਕਿਉਂ ਨਹੀਂ ਦੇ ਪਾ ਰਹੇ। ਸਰ ਸਪਸ਼ਟੀਕਰਨ ਮੈਂ ਤਾਂ ਤੁਹਾਨੂੰ ਜੋ ਚੀਜ਼ਾਂ ਤੁਸੀਂ ਪੁੱਛੀਆਂ ਤੁਹਾਨੂੰ ਮੈਂ ਦਿੱਤੀਆਂ ਨੇ, ਠੀਕ ਹੈ। ਫਰੋਡ ਲਿਖਣ ਨੂੰ ਤਾਂ ਹੁਣ ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਕੋਈ ਵੀ ਆਪਣਾ ਫੇਵਰੇਟ ਕੋਈ ਪੋਲੀਟੀਸ਼ੀਅਨ, ਕੋਈ ਵੀ ਐਕਟਰ, ਕੋਈ ਵੀ ਸੈਲੀਬ੍ਰਿਟੀ ਜਾਂ ਕੋਈ ਵੀ ਦੇਖ ਲਓ ਜਿਹਨੂੰ ਪਬਲਿਕ ਦੇ ਵਿੱਚ ਨਾ ਇੱਕ ਇਮੇਜ ਦੀ ਹੈਗੀ ਆ, ਜਿਹਨੂੰ ਲੋਕ ਜਾਣਦੇ ਨੇ, ਠੀਕ ਹੈ, ਉਹਨਾਂ ਬਾਰੇ ਕਿਸੇ ਵੀ ਬਾਰੇ ਤੁਸੀਂ ਚੈੱਕ ਕਰ ਲਿਓ ਜੇ, ਠੀਕ ਹੈ, ਉਹਨਾਂ ਬਾਰੇ ਪੋਜ਼ਿਟਿਵ ਨੈਗੇਟਿਵ ਤੁਹਾਨੂੰ ਮਿਲਣਗੇ ਆਪਣੇ PM ਨੇ ਸ਼੍ਰੀ ਨਰਿੰਦਰ ਮੋਦੀ ਜੀ, ਹਨਾ, ਜੀ ਜੀ ਜੀ, ਤੁਸੀਂ ਉਹਨਾਂ ਦੀ ਕਿਸੇ ਵੀਡੀਓ ਦੇ ਥੱਲੇ ਕਮੈਂਟ ਦੇਖ ਲਓ ਜੀ, ਠੀਕ ਹੈ ਜੀ, ਫੇਸਬੁੱਕ ਦੇ ਉੱਪਰ, ਸੋਰੀ YouTube, ਫੇਸਬੁੱਕ, ਕਿਸੇ ਵੀ ਪਲੇਟਫਾਰਮ ਤੇ ਤੁਸੀਂ ਚਾਹੇ ਟਵਿੱਟਰ ਤੇ ਚੈੱਕ ਕਰ ਲਓ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਉਹਨਾਂ ਦੇ ਬਾਰੇ ਪੋਜ਼ਿਟਿਵ ਵੀ ਨੈਗੇਟਿਵ ਵੀ ਕਮੈਂਟ ਮਿਲਣਗੇ, ਠੀਕ ਹੈ, ਇਹ ਨੀ ਜਿਹਨੂੰ ਲੋਕ ਜਾਣਦੇ, ਜਿਹਨੂੰ ਦੱਸ ਜਾਣਦੇ ਨਾ, ਠੀਕ ਹੈ, ਦਸਾਂ ਚ ਹੋ ਸਕਦਾ ਵੀ ਨੌ ਉਹਦੇ ਬਾਰੇ ਸਹੀ ਬੋਲਣ, ਇੱਕ ਉਹਦੇ ਬਾਰੇ ਗਲਤ ਵੀ ਬੋਲੇ, ਠੀਕ ਹੈ, ਜਿਹਨੂੰ 100 ਜਾਣਦੇ ਉਹਦੇ ਬਾਰੇ ਹੋ ਸਕਦਾ ਵੀ 90 ਸਹੀ ਬੋਲਣ ਤੇ 10 ਗਲਤ ਵੀ ਬੋਲਣ, ਜਿਵੇਂ ਵੀ ਨਾਲ ਆਪਣੇ ਹੁਣ PM ਸਾਹਿਬ ਨੇ, PM ਸਾਹਿਬ ਨੂੰ ਤਾਂ ਪੂਰਾ ਇੰਡੀਆ ਜਾਣਦਾ, ਠੀਕ ਹੈ,
ਬਿਲਕੁਲ ਜਿੱਥੇ ਉਹਨਾਂ ਬਾਰੇ ਕਰੋੜਾਂ ਲੋਕ ਪੋਜ਼ਿਟਿਵ ਬੋਲ ਰਹੇ ਨੇ, ਉੱਥੇ ਲੱਖਾਂ ਲੋਕ ਨੈਗੇਟਿਵ ਵੀ ਬੋਲ ਰਹੇ ਨੇ। ਇਹ ਚੀਜ਼ਾਂ ਆਪਣੇ ਸਾਹਮਣੇ ਪ੍ਰਮਾਣਿਤ ਨੇ। ਸਰ ਦੇਖੋ, ਇੱਕ ਇਹਦੇ ਨਾਲ ਉਹ ਪੋਲੀਟੀਸ਼ੀਅਨ ਹੈ, ਵਿਰੋਧੀ ਪਾਰਟੀਆਂ ਹਮੇਸ਼ਾ ਇਲਜ਼ਾਮ ਲਗਾਉਂਦੀਆਂ ਨੇ, ਪਰ ਤੁਹਾਡੇ ਨਾਲ ਵਿਰੋਧੀ ਨਹੀਂ ਹੈ, ਕਿਉਂਕਿ ਤੁਸੀਂ ਇੱਕ ਬੰਦੇ ਨੂੰ ਵਰਕ ਦੇ ਰਹੇ ਹੋ। ਇਲਜ਼ਾਮ ਤੁਹਾਡੇ ਤੇ ਲੱਗਣੇ ਨਹੀਂ ਚਾਹੀਦੇ, ਕਿਉਂਕਿ ਇਹ ਕੰਪਨੀ ਆ, ਤੁਸੀਂ ਕੰਮ ਦੇ ਰਹੇ ਹੋ ਕਿਸੇ ਨੂੰ। ਜੀ ਜੀ ਗੱਲ, ਵਿਰੋਧੀ ਇੱਥੇ ਵੀ ਸਰ ਬਣ ਜਾਂਦੇ, ਕਿਤੇ ਵੀ ਕੋਈ ਵੀ ਕੰਮ ਆ ਨਾ, ਉਹਦੇ ਵਿੱਚ ਤੁਹਾਡੀ ਸਹਿਮਤੀ ਵਾਲੇ ਵੀ ਤੁਹਾਡੀ ਵਿਰੋਧੀ ਵੀ ਬਣ ਜਾਂਦੇ ਨੇ। ਠੀਕ ਹੈ, ਹੁਣ ਤੁਹਾਨੂੰ ਦੱਸਦਾ ਵਿਰੋਧੀ ਕਿਸ ਦੇ ਨਾਲ ਬਣਦੇ ਨੇ। ਹੁਣ ਸਾਡੇ ਕੋਲ ਇੱਕ ਕੇਸ ਆਇਆ, ਠੀਕ ਹੈ, ਉਹਦੇ ਵਿੱਚ ਕਿਸਾ ਪਰਸਨ ਕੰਮ ਨਹੀਂ ਕਰਨਾ ਚਾਹੁੰਦਾ ਸੀਗਾ। ਠੀਕ ਹੈ, ਸਾਡੇ ਕੋਲ ਇੱਦਾਂ ਦੇ ਕਈ ਕੇਸ ਆਏ ਜਿਨ੍ਹਾਂ ਨੇ ਜੁਆਇਨ ਕੀਤਾ, ਜੁਆਇਨ ਕਰਨ ਤੋਂ ਬਾਅਦ ਉਹ ਕੰਮ ਕਰਨਾ ਨਹੀਂ ਚਾਹੁੰਦੇ ਸੀਗੇ। ਠੀਕ ਹੈ, 6-7 ਮਿਨੀਮਮ ਦਾ ਮੇ ਵੀ ਇਸ ਤੋਂ ਜ਼ਿਆਦਾ ਕੇਸ ਹੋਣਗੇ। ਠੀਕ ਹੈ, ਜਿਹੜੇ ਵਿਦ ਇਨ 28 ਡੇ ਆਏ ਆਪਣੇ ਕੋਲੇ। ਜੀ ਠੀਕ ਹੈ, ਹੁਣ ਗੌਰਮੈਂਟ ਦੀਆਂ ਜਿਹਨਾਂ ਪਾਲਿਸੀ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਡਿਸਕਸ ਕੀਤਾ ਸੀ ਆਪਾਂ, ਉਹਦੇ ਵਿੱਚ ਗੌਰਮੈਂਟ ਨੇ ਕੀ ਇਹ ਆਪਾਂ ਨੂੰ ਪਾਲਿਸੀ ਦੇ ਕੀ ਕੰਡੀਸ਼ਨ ਦਿੱਤੀ ਹੋਈ ਆ ਕਿ ਅਗਰ ਕੋਈ ਪਰਸਨ ਆਉਂਦਾ, ਠੀਕ ਹੈ, ਹੋ ਸਕਦਾ ਉਹ ਕੰਪਨੀ ਦੇ ਪ੍ਰੋਫਿਟ ਨੂੰ ਦੇਖ ਕੇ ਜੁਆਇਨ ਕਰ ਲਵੇ ਇੱਕ ਵਾਰੀ। ਠੀਕ ਹੈ, ਬਟ ਹੋ ਸਕਦਾ ਉਹਨੂੰ ਕੁਛ ਦਿਨਾਂ ਬਾਅਦ ਇਹ ਚੀਜ਼ ਰਿਲਾਈਜ਼ ਹੋਵੇ ਯਾਰ ਵੀ ਮੈਂ ਇਹਦੇ ਲਈ ਸੂਟੇਬਲ ਨਹੀਂ ਆ। ਠੀਕ ਹੈ, ਜਾਂ ਮੈਂ ਕੰਮ ਨਹੀਂ ਕਰ ਸਕਦਾ ਗਾ। ਠੀਕ ਹੈ, ਤੇ ਉਹ ਉਸ ਕੰਮ ਤੋਂ ਪਿੱਛੇ ਹਟਣਾ ਚਾਹੇ ਤਾਂ ਉਹਨੂੰ ਰਿਫੰਡ ਦੀ ਪਾਲਿਸੀ ਹੋਣੀ ਚਾਹੀਦੀ ਹੈ। ਠੀਕ ਹੈ, ਉਹਦੇ ਵਿੱਚ ਗੌਰਮੈਂਟ ਨੇ ਉਹਨਾਂ ਨੂੰ ਕਿਹਾ ਗਾ ਵੀ ਇੱਕ ਹਰੇਕ ਕੰਪਨੀ ਦੇ ਲਈ ਗੌਰਮੈਂਟ ਨੇ 28 ਦਿਨ ਦੀ ਪਾਲਿਸੀ ਕ੍ਰੀਏਟ ਕੀਤੀ ਆ। ਠੀਕ ਹੈ, ਕਿ ਤੁਸੀਂ ਮਿਨੀਮਮ 28 ਦਿਨ ਦੀ ਤੁਸੀਂ ਇਹਨਾਂ ਨੂੰ ਇੱਕ ਰਿਫੰਡ ਪਾਲਿਸੀ ਦਿਓ। ਠੀਕ ਹੈ, ਹਾਂ, ਅਗਰ ਪਰਸਨ 1 ਦਿਨ 2 ਦਿਨ 4 ਦਿਨ 10 ਦਿਨ ਬਾਅਦ, ਠੀਕ ਹੈ, ਉਹਦਾ ਮਾਇੰਡ ਚੇਂਜ ਹੁੰਦਾ ਵੀ ਹਾਂ ਯਾਰ ਮੇਰੇ ਤੋਂ ਕੰਮ ਹੋ ਨਹੀਂ ਰਿਹਾ ਗਾ। ਠੀਕ ਹੈ, ਕਿਉਂਕਿ ਹੁਣ ਬੰਦੇ ਨੇ ਕੰਮ ਜੁਆਇਨ ਕੀਤਾ ਨਾ, ਜਦੋਂ ਕੰਮ ਕਰਨ ਲੱਗਦਾ ਉਦੋਂ ਹੀ ਪਤਾ ਲੱਗਦਾ ਨਾ, ਕਈ ਵੀ ਕੰਮ ਦੇਖਣ ਨੂੰ ਸੌਖਾ ਲੱਗਦਾ ਹੁੰਦਾ ਬਟ ਔਖਾ ਲੱਗਦਾ ਕਿਸੇ ਨੂੰ, ਹਨਾ। ਜੀ ਜੀ ਜੀ, ਉਹ ਜਦੋਂ ਕਰਦਾ ਉਹਨੂੰ ਪਤਾ ਲੱਗਦਾ ਵੀ ਹਾਂ ਯਾਰ ਉਹਨੇ 1 ਹਫ਼ਤਾ ਐਫਰਟ ਕੀਤਾ 2 ਹਫ਼ਤੇ ਐਫਰਟ ਕੀਤਾ, ਹਨਾ, ਉਹਨੂੰ ਲੱਗਿਆ ਨਹੀਂ ਯਾਰ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਗਾ, ਹਨਾ। ਗੌਰਮੈਂਟ ਕੀ ਕਹਿੰਦੀ ਹੈ ਵੀ ਉਹ ਅਗਰ 28 ਦਿਨ ਦੇ ਵਿੱਚ ਤਾਂ ਓਬਵੀਅਸਲੀ ਸਭ ਨੂੰ ਇਹ ਚੀਜ਼ ਕਲੀਅਰ ਹੋ ਹੀ ਜਾਂਦੀ ਵੀ ਉਹ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਜੀ, ਹਨਾ, ਜੀ, ਉਹਨੇ ਕਿਹਾ 28 ਦਿਨ ਦੇ ਅੰਦਰ ਅੰਦਰ ਅਗਰ ਕੋਈ ਆਉਂਦਾ ਗਾ ਤੇ ਉਹਨੂੰ ਤੁਹਾਨੂੰ ਰਿਫੰਡ ਕਰਨਾ ਹੀ ਪਊਗਾ। ਠੀਕ ਹੈ, ਜੋ ਉਹ ਪ੍ਰੋਡਕਟ ਵਗੈਰਾ ਸਬਮਿਟ ਕਰ ਰਿਹਾ ਗਾ, ਠੀਕ ਹੈ, ਤੇ ਉਹਦੇ ਤੇ ਜੋ ਅਗਰ ਕੋਈ ਰੀਪੈਕਿੰਗ ਵਗੈਰਾ ਜਾਂ ਕਿਸੇ ਵੀ ਚੀਜ਼ ਦਾ ਕੋਈ ਡਿਡਕਸ਼ਨ ਲੱਗਦੀ ਹੈ, ਉਹ ਡਿਡਕਸ਼ਨ ਲਗਾ ਕੇ, ਠੀਕ ਹੈ, ਜੋ ਬਾਕੀ ਦਾ ਅਮਾਊਂਟ ਆ ਉਹਨੂੰ ਰਿਫੰਡ ਕਰਨਾ ਬਣਦਾ ਗਾ ਕੰਪਨੀ ਨੂੰ। ਇਹ ਉਹਨਾਂ ਨੇ ਮੈਂਡੇਟਰੀ ਇੱਕ ਕੰਡੀਸ਼ਨ ਦਿੱਤੀ ਹੋਈ ਹੈ। ਬਿਲਕੁਲ ਬਿਲਕੁਲ ਜੀ। ਹੁਣ ਸਾਡੇ ਕੋਲ ਕਈ ਪਰਸਨ ਆਏ, ਉਹ ਵਿਦ ਇਨ 28 ਡੇ ਸੀਗਾ ਉਹਨਾਂ ਦਾ। ਠੀਕ ਹੈ, ਆਪਣੇ ਵੱਲੋਂ ਉਹਨਾਂ ਨੂੰ ਰਿਫੰਡ ਕੀਤਾ ਗਿਆ। ਠੀਕ ਹੈ, ਜਿਨ੍ਹਾਂ ਨੇ ਸਾਰਾ ਪ੍ਰੋਡਕਟ ਕੀਤਾ ਸੀ, ਸਾਰੇ ਪ੍ਰੋਡਕਟ ਦਾ ਉਹਨਾਂ ਨੂੰ ਅਮਾਊਂਟ ਰਿਫੰਡ ਕੀਤਾ ਗਿਆ, ਜਿਨ੍ਹਾਂ ਨੇ ਘੱਟ ਕੀਤਾ ਸੀ ਉਹਨਾਂ ਨੂੰ ਘੱਟ ਦਾ ਅਮਾਊਂਟ ਰਿਫੰਡ ਕੀਤਾ ਗਿਆ। ਬਿਲਕੁਲ ਜੀ। ਹੁਣ ਸਾਡੇ ਕੋਲ ਕੁਛ ਪਰਸਨ ਆਏ, ਠੀਕ ਹੈ ਜੀ, ਉਹਨਾਂ ਨੂੰ 3-4 ਮਹੀਨੇ ਹੋ ਗਏ ਸੀਗੇ। ਠੀਕ ਹੈ, 3-4 ਮਹੀਨੇ ਹੋ ਗਏ, ਉਹ ਕਹਿੰਦੇ ਕਹਿੰਦੇ ਇੱਦਾਂ ਕਰਕੇ ਸਾਨੂੰ ਰਿਫੰਡ ਕਰੋ। ਠੀਕ ਹੈ, ਹੁਣ ਅਸੀਂ ਉਸ ਚੀਜ਼ ਨੂੰ ਡਿਨਾਈ ਕੀਤਾ ਗਾ ਕਿਉਂਕਿ ਗੌਰਮੈਂਟ ਨੇ ਸਾਨੂੰ 28 ਦਿਨ ਦੀ ਪਾਲਿਸੀ ਦਿੱਤੀ ਹੈ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਗਾ ਬੜੇ ਕੰਪਲਾਈਂਸ ਹੁੰਦੇ ਨੇ, ਬੜੇ ਰਿਕਾਰਡ ਅਪਡੇਟ ਹੁੰਦੇ ਨੇ, ਤੇ ਬੜੀਆਂ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਠੀਕ ਹੈ, ਇਸੇ ਕਰਕੇ ਸਰਕਾਰ ਨੇ ਵੀ 28 ਦਿਨ ਦਾ ਇਸੇ ਕਰਕੇ ਦਿੱਤਾ ਵੀ ਹਾਂ ਯਾਰ 1 ਮਹੀਨੇ ਦੇ ਵਿੱਚ ਇਹ ਚੀਜ਼ ਪੋਸੀਬਲ ਹੈ, ਤੇ ਉਹਨਾਂ ਨੇ ਉਨਾ ਟਾਈਮ ਦਿੱਤਾ ਨਾ। ਹੁਣ ਉਹ 3-4 ਮਹੀਨੇ ਬਾਅਦ ਆਏ, ਠੀਕ ਹੈ, ਉਹਨਾਂ ਨੂੰ ਅਸੀਂ ਮਨਾ ਕੀਤਾ, ਡਿਨਾਈ ਕਰ ਦਿੱਤਾ। ਠੀਕ ਹੈ, ਹੁਣ ਉਹ ਪਰਸਨ ਕਿਸੇ ਅਦਰ ਪਰਸਨ ਕੋਲੇ ਗਏ। ਠੀਕ ਹੈ, ਉਸ ਪਰਸਨ ਨੇ ਸਾਨੂੰ ਉੱਥੇ ਬੁਲਾਇਆ। ਠੀਕ ਹੈ, ਉਹਨੇ ਸਾਡੇ ਨਾਲ ਡਿਸਕਸ ਕਰਨਾ ਸ਼ੁਰੂ ਕੀਤਾ ਵੀ ਇਹ ਤਾਂ ਯਾਰ ਤੁਸੀਂ ਰਿਫੰਡ ਕਰੋ ਏਦਾਂ ਓਦਾਂ। ਠੀਕ ਹੈ, ਉਹਦੀ ਵਰਡਿੰਗ ਸਹੀ ਨਹੀਂ ਲੱਗੀ ਸਾਨੂੰ। ਠੀਕ ਹੈ, ਉਹਦੀ ਵਰਡਿੰਗ ਸਹੀ ਨਹੀਂ ਲੱਗੀ, ਅਸੀਂ ਉੱਥੋਂ ਵਾਪਸ ਆ ਗਏ। ਠੀਕ ਹੈ, ਫਿਰ ਉਹ ਪਰਸਨ ਜਿਹੜਾ 3-4 ਮਹੀਨੇ ਪੁਰਾਣਾ ਰਿਫੰਡ ਕਹਿ ਰਿਹਾ ਸੀਗਾ, ਉਹ ਪਰਸਨ ਕਿਸੇ ਹੋਰ ਪਰਸਨ ਕੋਲੇ ਕਿਸੇ ਨੂੰ ਮਿਲਿਆ, ਕਿਸੇ ਸੋਸ਼ਲ ਵਰਕਰ ਨੂੰ ਮਿਲਿਆ। ਠੀਕ ਹੈ ਜੀ, ਉਹਨਾਂ ਦਾ ਵੀ ਆਪਣੇ ਕੋਲ ਰਿਕਾਰਡ ਹੈਗਾ, ਆਪਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾ ਸਕਦੇ ਹਾਂ। ਠੀਕ ਹੈ, ਉਸ ਪਰਸਨ ਨੂੰ ਮਿਲਿਆ ਤੇ ਉਸ ਪਰਸਨ ਨੇ ਮੇਰੇ ਤੱਕ ਅਪਰੋਚ ਕੀਤਾ, ਅਪਰੋਚ ਕਰਕੇ ਸਾਰੀ ਡਿਸਕਸ਼ਨ ਹੋਈ, ਬੈਠ ਕੇ ਗੱਲਬਾਤ ਹੋਈ। ਠੀਕ ਹੈ ਜੀ, ਤੇ ਉੱਥੇ ਫਿਰ ਉਹਨਾਂ ਨੇ ਉਹ ਚੀਜ਼ ਕਹੀ, ਕਹਿੰਦੇ ਚਲੋ ਯਾਰ ਇੱਕ ਬੰਦ ਨਹੀਂ ਬਣ ਰਿਹਾ ਉਹਦਾ,
हेलो। हाँ जी, हाँ हाँ जी जी भी नहीं बन रहे, चलो कोई चक्कर नहीं है, ठीक है। बट यार इंसानियत तौर ते जो तुसी पॉसिबल है, ठीक है, उदा इनू तुसी करके ना यार, वो दूसरी स्टेट तो आया होया बंदा खज्जल है, प्रॉब्लम दे विच है, परेशान है, ठीक है, जी जिन्ना तुसी इनू सपोर्ट कर सकते हो सपोर्ट करो, ते उदी जी यार सेटलमेंट करवाओ तुसी, बिल्कुल। ठीक है। चलो आपां भी उहदियां कंडीशनां नू है ना कितने कितने जानू होए, तां आपां नू भी चंगा नहीं लग्या भी आपां भी सोचा नहीं यार इंसानियत तौर ते सही, ठीक है। कई थावां ते आपां नू कुछ पॉलिसी तों हटके भी कुछ चीजां करनियां पैंदियां ने, है ना, बिल्कुल जी ते जी आपां उहनां नू उत्थे उहदे सपोर्ट कीता जो अपने वल्लों पॉसिबल सीगा, आपां उहनां नू अमाउंट दा करके सैटलमेंट बैठ के सैटलमेंट करके, ठीक है, उस बस्तन नू आपां भेज दिता, ठीक जी है। जी हुण इत्थे गल की हुई, वो परसन जिहड़े पहले परसन कोले गया सीगा, ठीक है, जी पहले परसन ने सानू अप्रोच कीता भी इदां करके तुहाडे को मसला कीता सीगा, दस्सिया सीगा भी उहदा जी सोल्यूशन, असीं उहनूं कहा भी इदां करके, वो परसन साडे कोले डायरेक्टली इत्थे आया, ठीक है, ते असीं उहदा सोल्यूशन करके ते उहनूं भेज दिता, जी ठीक है। हुण वो परसन सानू की कहिंदा गा, कहिंदा ठीक है भी उहदा तां तुसीं मसला सॉल्व करता, वो जी मेरे कोले आया सीगा ते ये मैं तुहाडे कोले मसला पहुंचाया ते मेरी हिस्सेदारी, जी ठीक है। जी हुण असीं उहनूं परसन नूं साडा की अगों रिप्लाई सीगा कि सर साडे कोले सब कुछ ऑन रिकॉर्ड हैगा, ठीक है, असीं जी 1 नंबर दे नाल ईमानदारी दे नाल कम कर रहे हैं, ठीक है। 2 नंबर दा पैसा साडे कोल कड्डण लई कोई है ही नहीं गा, सिस्टम ही नहीं गा भी असीं 2 नंबर दा कोई पैसा कड्ढीए। अगर असीं 2 नंबर दी कोई कमाई कर रहे हुंदे तां असीं बिना किसी ना बड़े आराम नाल तुहानूं पैसे दे सकदे सीगे, बिल्कुल ठीक है। जी असीं इस वे नाल उस पर्सन नूं डिनाई करता, ठीक है, राइट वो पर्सन हुण इहनूं ईगो ते लैगा रख लो जां किसी भी वे नाल, ठीक है, वो जी साडा हुण की हो गया विरोधी खड़ा हो गया, जी 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 ठीक है। जी इस वे नाल सर कई वार की हुंदा गा विरोधी इस वे नाल खड़े हो जांदे ने, ठीक है, फिर उहने काफी लोकां नूं भड़काउण दी कोशिश कीती, कुछ ने सानूं आके दस्सिया कि सानूं इस वे नाल कीता जा रहा गा, ठीक है। कई वो एक हुण मसला होया, फिर वो उस मसले नूं लैके पुलिस स्टेशन भी गया, जी ठीक है। देखो, इथे मैं गल मैं ज्यादा लंबी नहीं लैके जावांगा गल। कुछ सवाल होर भी ने, जिवें कि तुसी अपनी भी गल रखी है कि चलो उन्हां दा अलग इशू है कि कई बार विरोधी खड़ा हो गया, कोई आ गया तुहाडे कोल, तुसी किसे दी हेल्प कीती, पर जिहड़े जी लोक जिहड़े बच्चे ने ओह तुहाडे कोल जी ज्वाइन होए, ओह अज जी तड़फ रहे ने। ਇਹ ਮੇਰੇ ਕੋਲ ਬਕਾਇਦਾ ਵੀਡੀਓ ਨੇ ਜਿਹੜੀਆਂ ਉਹਨਾਂ ਨੇ ਸਾਨੂੰ ਦੱਸੀਆਂ ਨੇ। ਉਹਨਾਂ ਦੇ ਪੇਰੈਂਟਸ ਵੀ ਤਰਲੋ ਮੱਛੀ ਹੋਏ ਪਏ ਨੇ ਵੀ ਅਸੀਂ ਉਹ ਕੋਈ ਤਾਂ ਘਰੋਂ ਜ਼ਮੀਨ ਵੇਚ ਕੇ ਆਂਦਾ, ਕੋਈ ਬਾਈਕਲ ਵੇਚ ਕੇ ਆਂਦਾ, ਤੇ ਕੋਈ ਆਪਣਾ ਫੋਨ ਇੱਥੇ ਆ ਕੇ ਗਿਰਵੀ ਰੱਖਦਾ। ਇਹ 3 ਕਨਸੈਪਟ ਮੇਰੇ ਕੋਲ ਔਨ ਰਿਕਾਰਡ ਨੇ। ਤੇ ਇਸ ਤਰ੍ਹਾਂ ਪੈਸੇ ਤੁਹਾਡੇ ਕੋਲ ਆ ਰਹੇ ਨੇ, ਪਰ ਉਹ ਪੈਸਿਆਂ ਦਾ ਜਦੋਂ ਉਹ ਛੱਡ ਕੇ ਚਲੇ ਗਿਆ ਤਾਂ ਤੁਸੀਂ ਉਹਨਾਂ ਦਾ ਜਾਂ ਤਾਂ ਉਹਨਾਂ ਨੂੰ 50% ਕੁਛ ਦਵੋ ਜਾਂ 25% ਦਵੋ, ਤੁਹਾਨੂੰ ਕੁਛ ਨਾ ਕੁਛ ਕਰਨਾ ਪਏਗਾ। ਕਿਉਂਕਿ ਉਹ ਬੱਚੇ ਬੇਚਾਰੇ ਇਸ ਸਮੇਂ, ਮੈਂ ਵੀਡੀਓ ਹੈ ਮੇਰੇ ਕੋਲ, ਉਹ ਪਾਰਕਾਂ ਦੇ ਵਿੱਚ ਸੌਂਦੇ ਨੇ ਇਸ ਸਮੇਂ। ਜੀ ਚਲੋ ਮੈਂ ਆਪਾਂ ਇਸ ਪੁਆਇੰਟ ਤੇ ਵੀ ਆਨੇ ਆ, ਠੀਕ ਹੈ। ਜੀ ਹੈਲੋ, ਹਾਂਜੀ ਹਾਂਜੀ, ਆਪਾਂ ਜਿਸ ਵੇ ਨਾਲ ਤੁਸੀਂ ਕਹਿ ਰਹੇ ਹੋ ਨਾ ਵੀ ਤੁਹਾਡੇ ਕੋਲ ਇਸ਼ੂ ਆਇਆ ਹਨਾ, ਵੀ ਕਿਸੇ ਨੇ ਦੱਸਿਆ ਵੀ ਕੋਈ ਫੋਨ ਗਿਰਵੀ ਰੱਖ ਕੇ ਇਸ ਵੇ ਨਾਲ, ਹਨਾ, ਜੀ ਕਿਉਂਕਿ ਜੀ ਪਹਿਲਾਂ ਤੁਹਾਨੂੰ ਵੀ ਪਤਾ ਵੀ ਪਹਿਲੇ ਦਿਨ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਯਾਰ ਆਪਣੇ ਕੋਲੇ ਕੋਈ ਪਰਸਨ ਪਹੁੰਚੂਗਾ ਜਾਂ ਕਿਸ ਵੇ ਨਾਲ ਪਹੁੰਚੂਗਾ, ਹਨਾ, ਕੀ ਜੀ ਕੰਡੀਸ਼ਨਾਂ ਰਹਿਣਗੀਆਂ। ਬਟ ਬਿਲਕੁਲ ਜਦੋਂ ਆਪਣੇ ਕੋਲੇ ਇਹ ਚੀਜ਼ ਆਈ, ਠੀਕ ਹੈ, ਇਹ ਅਪਡੇਟ ਆਈ ਵੀ ਹਾਂ ਕੋਈ ਪਰਸਨ ਕਿਸੇ ਤੋਂ ਪੈਸਾ ਲੈ ਕੇ ਜਾਂ ਇਸ ਵੇ ਨਾਲ ਆ ਰਿਹਾ ਗਾ, ਠੀਕ ਹੈ, ਤੇ ਆਪਾਂ ਕੀ ਆਪਾਂ ਇੱਕ ਇਹਨਾਂ ਦਾ ਨਾ ਇੱਕ ਇੰਟਰਵਿਊ ਕਹਿ ਲੋ ਵੀ ਰੱਖ ਦਿੱਤਾ, ਠੀਕ ਹੈ। ਹੁਣ ਆਪਾਂ ਉਸ ਚੀਜ਼ ਨੂੰ ਵੈਰੀਫਾਈ ਕਰਨਾ ਸ਼ੁਰੂ ਕਰ ਦਿੱਤਾ ਕਿ ਕੋਈ ਪਰਸਨ ਇਸ ਵੇ ਨਾਲ ਪੈਸਾ ਕਲੈਕਟ ਕਰਕੇ ਤਾਂ ਨਹੀਂ ਲੈ ਕੇ ਆਇਆ, ਅਗਰ ਕੋਈ ਪਰਸਨ ਇਸ ਵੇ ਨਾਲ ਪੈਸਾ ਕਲੈਕਟ ਕਰਕੇ ਲੈ ਕੇ ਆਉਂਦਾ ਗਾ, ਠੀਕ ਹੈ, ਤੇ ਆਪਾਂ ਉਸ ਪਰਸਨ ਨੂੰ ਪਹਿਲਾਂ ਹੀ ਡਿਨਾਈ ਕਰ ਦਿੰਦੇ ਹਾਂ, ਨਹੀਂ ਤੂੰ ਪਰਸਨ ਇੱਥੇ ਪ੍ਰੋਡਕਟ ਪਰਚੇਜ ਨਹੀਂ ਕਰ ਸਕਦਾ, ਠੀਕ ਹੈ। ਇਹ ਚੀਜ਼ਾਂ ਤਾਂ ਸਰ ਜਦੋਂ ਆਪਣੇ ਕੋਲ ਕੋਈ ਮੁੱਦਾ ਆਉਂਦਾ ਨਾ ਉਸ ਤੋਂ ਬਾਅਦ ਹੀ ਉਹਦੇ ਵਿੱਚ ਬੜੀਆਂ ਚੇਂਜਸ ਹੁੰਦੇ ਆ, ਹਨਾ, ਉਹ ਆਪਾਂ ਹੁਣ ਉੱਥੇ ਆਪਾਂ ਮੈਂਸ਼ਨ ਕਰਦੇ ਸਰ। ਹਾਂ, ਮਤਲਬ ਠੀਕ ਹੈ। ਤੁਸੀਂ ਇਹ ਕੰਪਨੀ ਚਲਾਉਣ ਦੇ ਕੈਪੇਬਲ ਨਹੀਂ ਜਾਂ, ਕਿਉਂਕਿ ਤੁਸੀਂ ਮੁੱਦਾ ਜਦੋਂ ਆ ਜਾਂਦਾ ਉਸ ਤੋਂ ਬਾਅਦ ਤੁਸੀਂ ਉਸ ਦੇ ਉੱਤੇ ਵਰਕ ਕਰਨਾ ਸ਼ੁਰੂ ਕਰਦੇ ਹੋ, ਤਾਂ ਭਾਵ ਨਹੀਂ ਸਰ, ਤੁਸੀਂ ਇਸ ਲਈ ਪ੍ਰੋਪਰ ਆਪ ਪ੍ਰਪੇਅਰ ਨਹੀਂ ਹੋ, ਇਹ ਕਹਿ ਨਹੀਂ ਸਕਦਾ ਮੈਂ। ਨਹੀਂ ਸਰ, ਨਹੀਂ ਸਰ, ਬਿਲਕੁਲ ਨਹੀਂ ਇਸ ਵੇ ਨਾਲ ਨਹੀਂ ਹੈ, ਠੀਕ ਹੈ। ਆਪਾਂ ਇੱਕ ਸਟੈਂਡਰਡ ਪ੍ਰੋਸੀਜਰ ਦੇ ਨਾਲ ਕੰਮ ਕਰ ਰਹੇ ਹਾਂ, ਠੀਕ ਹੈ, ਬਟ ਸਟੈਂਡਰਡ ਪ੍ਰੋਸੀਜਰ ਤੋਂ ਹਟ ਕੇ ਕਈ ਚੀਜ਼ਾਂ ਹੋ ਜਾਂਦੀਆਂ ਨੇ,
ਠੀਕ ਹੈ ਹੁਣ ਆਪਣੇ ਕੰਪਨੀ ਨੂੰ ਚਲਾਉਣ ਲਈ ਸਾਡੇ ਕੋਲ ਇੱਕ ਇਨਵਾਇਰਮੈਂਟ ਵੀ ਚਾਹੀਦਾ ਹੁੰਦਾ ਹੈ, ਇੱਕ ਸਟਾਫ ਵੀ ਚਾਹੀਦਾ ਹੁੰਦਾ ਹੈ, ਉਹਦੇ ਸਟਾਫ ਦੇ ਨਾਲ ਕੁਝ ਮੈਨੇਜਰ ਡਾਇਰੈਕਟਰ ਵੀ ਹੁੰਦੇ ਨੇ, ਉਹ ਕੰਪਨੀ ਨੂੰ ਪ੍ਰੋਪਰਲੀ ਮੇਨਟੇਨ ਕਰਦੇ ਨੇ ਤਾਂ ਕਿ ਇਸ਼ੂ ਕ੍ਰੀਏਟ ਹੀ ਨਾ ਹੋਣ। ਐਦਾਂ ਹੁੰਦਾ ਹੈ, ਤੁਸੀਂ ਸਮਝਦੇ ਹੋ ਮੇਰੀ ਗੱਲ ਨੂੰ? ਸਰ ਸਾਡੀ ਵੀ ਮੈਨੇਜਮੈਂਟ ਬਣੀ ਹੋਈ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਠੀਕ ਹੈ, ਉਹ ਇਹਨਾਂ ਚੀਜ਼ਾਂ ਨਾਲ ਡੀਲ ਕਰਦੀ ਹੈ, ਇਹ ਇਹਨਾਂ ਚੀਜ਼ਾਂ ਨਾਲ ਡੀਲ ਕਰਦੀ ਹੈ, ਤਦੇ ਤਾਂ ਇਸ ਵੇ ਨਾਲ ਆਪਾਂ ਚੱਲ ਰਹੇ ਹਾਂ ਨਾ, ਠੀਕ ਹੈ। ਜੋ ਅਗਰ ਕੋਈ ਆਈ, ਠੀਕ ਹੈ, ਉਹ ਹੁਣ ਇੱਕ ਨੋਰਮਲੀ ਏਦਾਂ ਦਾ ਨੀਗਾ ਹੈਗਾ ਵੀ ਕਿਤੇ ਵੀ ਹੁਣ ਆਪਾਂ ਸ਼ੋਪਿੰਗ ਕਰਨ ਆਉਂਦੇ ਹਾਂ ਹਨਾ, ਇਹ ਰਿਕਾਰਡ ਪਹਿਲਾਂ ਤਾਂ ਕੋਈ ਵੀ ਚੈੱਕ ਨਹੀਂ ਕਰਦਾਗਾ, ਠੀਕ ਹੈ, ਵੀ ਹਾਂ ਯਾਰ ਪਰਸਨ ਕਿਸ ਵੇ ਨਾਲ ਪੈਸਾ ਲੈ ਕੇ ਆਇਆ। ਬਟ ਜਦੋਂ ਆਪਾਂ ਨੂੰ ਇਸ ਚੀਜ਼ ਦੀ ਕੋਈ ਪ੍ਰੋਬਲਮ ਸਾਹਮਣੇ ਆਈ, ਠੀਕ ਹੈ, ਆਪਾਂ ਉਸ ਚੀਜ਼ ਦਾ ਇੱਕ ਸੋਲਿਊਸ਼ਨ ਕੀਤਾ, ਠੀਕ ਹੈ, ਵੀ ਹਾਂ ਅਗਰ ਕੋਈ ਇਸ ਵੇ ਨਾਲ ਪੈਸਾ ਲੈ ਕੇ ਆ ਰਿਹਾ ਉਹਨੂੰ ਡਿਨਾਈ ਕਰੋ, ਉਹਨੂੰ ਪਰਚੇਜ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਓ ਜੀ, ਠੀਕ ਹੈ, ਆਪਾਂ ਉਸ ਚੀਜ਼ ਤੇ ਆਪਾਂ ਉਹਦੇ ਪ੍ਰਤੀਬੰਧ ਲਗਾ ਦਿੱਤਾ ਹਨਾ, ਵੀ ਇਹ ਚੀਜ਼ ਨਹੀਂ, ਇਹ ਚੀਜ਼ ਨਹੀਂ ਹੋਊਗੀ, ਉਸ ਚੀਜ਼ ਨੂੰ ਵੈਰੀਫਾਈ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਇਹ ਚੀਜ਼ ਮੈਂ ਜ਼ਰੂਰ ਮੰਨਦਾ ਵੀ ਹਾਂ ਸਾਡੇ ਕੋਲ ਇਸ ਚੀਜ਼ ਦਾ ਪਹਿਲਾਂ ਨਹੀਂ ਸੀਗਾ, ਕਿਉਂਕਿ ਪਹਿਲਾਂ ਇਹ ਆਪਾਂ ਤੁਹਾਨੂੰ ਦੱਸਿਆ ਵੀ ਗੌਰਮੈਂਟ ਨੇ ਵੀ ਹੁਣ ਗਾਈਡਲਾਈਨਸ ਕੀਤੀਆਂ, ਉਹਦੇ ਵਿੱਚ ਵੀ ਇੱਦਾਂ ਦਾ ਕੋਈ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਹੋਇਆ ਨਾ, ਤੇ ਆਪਣੇ ਵੀ ਉਹ ਇਸ ਚੀਜ਼ ਦਾ ਨਹੀਂ। ਬਟ ਜਦੋਂ ਚੀਜ਼ ਸਾਹਮਣੇ ਆਈ, ਠੀਕ ਹੈ, ਆਪਾਂ ਨੂੰ ਪਤਾ ਲੱਗਿਆ ਨਹੀਂ ਯਾਰ ਇਸ ਤਰੀਕੇ ਨਾਲ ਵੀ ਕੋਈ ਕਰ ਸਕਦਾ ਗਾ, ਉਹਦੇ ਨਾਲ ਇੱਦਾਂ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਆ, ਆਪਾਂ ਉਸ ਚੀਜ਼ ਦਾ ਸੋਲਿਊਸ਼ਨ ਕੀਤਾ, ਠੀਕ ਹੈ। ਉਸ ਤੋਂ ਬਾਅਦ ਹੁਣ ਕੀ ਹੈ, ਕੋਈ ਵੀ ਪਰਸਨ ਹੈ ਜੋ ਉਹ ਅਗਰ ਲੋਨ ਥਰੂ ਜਾਂ ਕਿਸੇ ਵੀ ਤਰੀਕੇ ਨਾਲ ਪੈਸਾ ਅਗਰ ਚੱਕ ਚਕਾ ਕੇ ਲੈ ਕੇ ਆਉਂਦਾ ਤਾਂ ਉਹਨੂੰ ਪ੍ਰੋਡਕਟ ਪਰਚੇਜ਼ ਕਰਨ ਦੀ ਪਰਮਿਸ਼ਨ ਹੀ ਨਹੀਂ ਦਿੱਤੀ ਜਾਂਦੀ ਜੀ। ਮੈਂ ਚਲੋ ਇਸ ਦੇ ਉੱਤੇ ਹੁਣ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ, ਪਰ ਇਹ ਬਹੁਤ ਲੇਟ ਹੋ ਗਿਆ, ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕਰ ਸਕੇ, ਆਪਣੇ ਆਪ ਨੂੰ ਤੁਸੀਂ ਪ੍ਰਪੇਅਰ ਨਹੀਂ ਸੀਗੇ ਇਸ ਕੰਮ ਨੂੰ, ਅੱਜ ਤੁਸੀਂ ਵਰਕ ਕਰਨਾ ਸ਼ੁਰੂ ਕੀਤਾ, ਕਿਉਂ ਪਹਿਲਾਂ ਕਰਦੇ ਤਾਂ ਤਾਂ ਕਿ ਉਹ ਜਿਹੜੇ ਲੋਕ ਸੀਗੇ ਉਹ ਗੁੰਮਰਾਹ ਨਾ ਹੁੰਦੇ ਅੱਜ। ਚਲੋ ਕਾਫੀ ਟਾਈਮ ਹੋ ਗਿਆ ਇਸ ਨੂੰ। ਹਾਂ, ਇਸ ਤੋਂ ਇਲਾਵਾ ਜੇ ਮੈਂ ਤੁਸੀਂ ਗੱਲ ਕਰਾਂ ਕਿ ਦੱਸ, ਮੈਂ ਕੁਝ ਐਸੇ ਪਰਸਨ ਨੇ ਜਿਨ੍ਹਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਵੀ ਕਿਹਾ ਆ ਕਿ ਜਿਹੜਾ 10,000 ਲਗਾਉਂਦਾ ਆ ਉਹਨੂੰ ਤੁਸੀਂ ਕੋਈ ਪੇਮੈਂਟ ਵਾਪਸ ਕਰਦੇ ਹੋ, ਉਹ ਕੋਈ ਪੈਸੇ ਲੈ ਸਕਣ ਦਾ ਹੱਕਦਾਰ ਹੈ ਤੁਹਾਡੇ ਕੋਲੋਂ? ਕਿਸ ਤਰੀਕੇ ਨਾਲ? ਜਿੱਦਾਂ ਮਤਲਬ ਕਿ ਤੁਹਾਡੇ ਕੋਲ 3 ਪੈਕੇਜ ਚੱਲਦੇ ਆ, 10,000 ਕੁਝ 70,000 ਸ਼ਾਇਦ ਰਿਲੇਟਡ, ਹਨਾ? ਹਾਂਜੀ ਹਾਂਜੀ, ਉਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ। ਉਹਦਾ ਸਰ ਉਹੀ ਹੈ, ਜੋ ਪਰਸਨ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈਗਾ, ਠੀਕ ਹੈ, ਉਹਨੂੰ ਇਹ ਹੁੰਦਾ ਵੀ ਉਹ ਕੰਪਨੀ ਤੋਂ ਪ੍ਰੋਡਕਟ ਖਰੀਦਦਾ ਹੈਗਾ ਜੀ, ਠੀਕ ਹੈ, ਪ੍ਰੋਡਕਟ ਖਰੀਦਦਾ, ਉਹਦੇ ਵਿੱਚ ਕੀ ਹੁੰਦਾ ਹੈਗਾ, ਆਪਣੇ ਕੋਲ ਜਿਹੜਾ ਹੈਗਾ ਸਟਾਰਟਅਪ ਹੈਗਾ ਗਾ, ਉਹ ਅਗਰ ਉਹ ਕੰਮ ਕਰਨ ਦੇ ਲਈ ਪ੍ਰੋਡਕਟ ਖਰੀਦ ਰਿਹਾ ਤਾਂ ਉਹ 8,800 ਦਾ ਪ੍ਰੋਡਕਟ ਖਰੀਦਦਾ, ਪਲੱਸ ਟੈਕਸਸ ਵਗੈਰਾ ਐਡ ਕਰਕੇ ਉਹ 10,000 ਦੇ ਰਾਊਂਡ ਅਮਾਊਂਟ ਬਣਦਾ ਹੈਗਾ ਜੀ, ਠੀਕ ਹੈ। ਉਹ ਪ੍ਰੋਡਕਟ ਖਰੀਦਦਾ ਗਾ, ਉਹ ਪ੍ਰੋਡਕਟ ਖਰੀਦਦਾ ਆਪਣੇ ਸੈਲਫ ਯੂਜ ਦੇ ਲਈ, ਠੀਕ ਹੈ, ਤਾਂ ਕਿ ਉਸ ਪ੍ਰੋਡਕਟ ਨੂੰ ਪਾ ਕੇ ਉਹਦੀ ਐਡਵਰਟਾਈਜ਼ਮੈਂਟ ਕਰ ਸਕੇ, ਉਹਦੀਆਂ ਫੋਟੋ ਵਗੈਰਾ ਸ਼ੇਅਰ ਕਰ ਸਕੇ, ਠੀਕ ਹੈ। ਉਸ ਤੋਂ ਉੱਪਰ ਕੀ ਹੁੰਦਾ ਗਾ, ਉਸ ਤੋਂ ਉੱਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਫੋਟੋ ਪਾ ਸਕੇ, ਫੋਟੋ ਸੈਂਡ ਕਰ ਸਕੇ ਐਡਵਰਟਾਈਜ਼ਮੈਂਟ ਲਈ, ਪਰ ਜੋ ਇਹ ਸੁਣਨ ਚ ਆਇਆ ਕਿ ਉਹ ਕੱਪੜੇ ਨੂੰ ਸੇਲ ਕਰੋ, ਇਹ ਕਿਹਾ ਜਾਂਦਾ ਹੈ ਜਦੋਂ ਕੱਪੜੇ ਮਿਲ ਜਾਂਦੇ ਨੇ? ਤੁਹਾਨੂੰ ਮੈਂ ਉਹੀ ਦੱਸ ਦਾਂਗਾ, ਠੀਕ ਹੈ, ਉਹ ਹੈਗਾ 88 ਤੋਂ ਇੱਕ, ਮਤਲਬ ਕਿ ਉਹ ਰੱਖਿਆ ਹੋਇਆ ਜੋ ਪੈਕੇਜ ਹੈਗਾ ਉਹ ਸੈਲਫ ਯੂਜ਼ ਦੇ ਲਈ ਆ, ਠੀਕ ਹੈ। ਅਗਰ ਪਰਸਨ ਖੁਦ ਯੂਜ਼ ਨਹੀਂ ਕਰ ਰਿਹਾ, ਸਾਹਮਣੇ ਵਾਲੇ ਨੂੰ ਕੀ ਦੱਸੂਗਾ ਵੀ ਹਾਂ ਯਾਰ ਇਹ ਤੂੰ ਯੂਜ਼ ਕਰ ਜਾਂ ਨਾ ਕਰਕੇ ਇਸ ਵੇ ਨਾਲ, ਹਨਾ। ਜਿਹੜਾ ਪਰਸਨ ਜ਼ਿਆਦਾ ਪ੍ਰੋਡਕਟ ਖਰੀਦਦਾ ਗਾ, ਠੀਕ ਹੈ, ਸੇਮ ਵੇ ਨਾਲ ਉਹ ਵੀ ਕੀ ਆ, ਉਹ ਇੱਕ ਪੈਕੇਜ ਆਪਣੇ ਯੂਜ਼ ਲਈ ਰੱਖਦਾ ਗਾ, ਠੀਕ ਹੈ, ਜਿਹੜਾ ਬਾਕੀ ਪ੍ਰੋਡਕਟ ਆ ਉਹਨੂੰ ਰੀਸੇਲ ਕਰ ਦਿੰਦਾ ਜੀ, ਠੀਕ ਹੈ, ਠੀਕ ਹੈ, ਉਹ ਇਸ ਵੇ ਨਾਲ। ਹਾਂ, ਜਿਹੜਾ ਉਹ ਰੀਸੇਲ ਕਰਦਾ ਗਾ ਉਹਦਾ, ਜਿਹਨੂੰ ਵੀ ਉਹ ਰੀਸੇਲ ਕਰ ਰਿਹਾ ਉਹਦੇ ਤੋਂ ਉਹਨੂੰ ਬਾਏ ਕੈਸ਼ ਡਾਇਰੈਕਟਲੀ ਕੈਸ਼ ਮਿਲ ਜਾਂਦਾ ਗਾ, ਠੀਕ ਹੈ, ਇਸ ਵੇ ਨਾਲ ਉਹ ਉਹਨੂੰ ਕੈਸ਼ ਮਿਲਦਾ, ਜਿਹੜਾ ਮੇ ਬੀ ਸ਼ਾਇਦ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਇਸ ਵੇ ਨਾਲ ਹੋ ਸਕਦਾ। ਰਾਈਟ, ਪਰ ਤੁਸੀਂ ਇਹਦੇ ਵਿੱਚ ਤੁਸੀਂ ਇੱਕ ਕਨਸੈਪਟ ਹੀ ਦੱਸਿਆ, ਇੱਕ ਪੱਖ ਹੀ ਦੱਸਿਆ ਜਿੰਨਾ ਕੁ ਮੈਂ ਪੁੱਛਦਾ ਪਿਆ, ਪਰ ਤੁਸੀਂ ਇਹਦੇ ਨਾਲ ਪੂਰੀ ਕਲੀਅਰ ਗੱਲ ਨਹੀਂ ਕਰ ਪਾ ਰਹੇ। ਤੁਸੀਂ ਇਹ ਦੱਸਿਆ ਹੀ ਨਹੀਂ ਮੈਨੂੰ, ਤੁਸੀਂ ਇਹ ਮੈਨੂੰ ਦੱਸਿਆ ਹੀ ਨਹੀਂ ਕਿ ਉਹ ਮੈਂਬਰਸ ਵੀ ਬਣਾਉਣੇ ਹੁੰਦੇ ਨੇ, ਉਹ ਵੀ ਉਹਨਾਂ ਨੇ ਦੱਸਿਆ ਕਿ 10,000 ਦੇ ਨਾਲ ਜਦੋਂ ਇਹਨਾਂ ਨੂੰ ਜਿਹੜੇ ਕੱਪੜੇ ਨੇ ਦਿੱਤੇ ਜਾਂਦੇ ਨੇ ਕਲੋਸ, ਤਾਂ ਉਸ ਤੋਂ ਇਲਾਵਾ ਇੱਕ ਮੈਂਬਰ ਵੀ ਬਣਾਉਣੇ ਪੈਂਦੇ ਨੇ, ਉਹ ਵੀ ਤਾਂ ਦੱਸੋ ਨਾ ਤੁਸੀਂ, ਕਲੀਅਰ ਕਰੋ ਗੱਲ। ਸਰ ਉਹ ਤਾਂ ਉਸ ਤੋਂ ਨੈਕਸਟ ਸਟੈਪ ਆ ਨਾ, ਉਹਦੇ ਬਾਰੇ ਤੁਸੀਂ ਡਿਸਕਸ ਹੀ ਨਹੀਂ ਕੀਤਾ, ਆਪਾਂ ਨੈਕਸਟ ਸਟੈਪ ਤੇ ਜਾਵਾਂਗੇ। ਮੈਂ ਤੁਹਾਨੂੰ ਪਹਿਲਾਂ ਕੀ ਗੱਲ ਕਹੀ ਹੈ ਵੀ ਆਪਾਂ ਸਟੈਪ ਬਾਏ ਸਟੈਪ ਚੀਜ਼ਾਂ ਡਿਸਕਸ ਕਰਦੇ ਹਾਂ। 10,000 ਦੇ ਵਿੱਚ ਮੈਂਬਰ ਵੀ ਨਾਲ ਹੀ ਆਉਂਦੇ ਸਰ? ਨਹੀਂ ਸਰ, ਮੈਂਬਰ ਨਾਲ ਨਹੀਂ ਆਉਂਦੇ, ਉਹਨੇ ਪ੍ਰੋਡਕਟ ਖਰੀਦਿਆਗਾ, ਠੀਕ ਹੈ, ਉਸ ਤੋਂ ਬਾਅਦ ਉਹ ਕੰਪਨੀ ਤੋਂ ਪ੍ਰੋਡਕਟ ਸੇਲ ਕਰਵਾਉਂਦਾ ਗਾ, ਠੀਕ ਹੈ। ਸਾਡੇ ਲਈ ਉਹ ਜ਼ਰੂਰੀ ਨਹੀਂ ਹੈ ਵੀ ਹਾਂ ਯਾਰ ਉਹਨੇ ਉਹ ਕਿਸ ਵੇ ਨਾਲ
ਮੈਂਬਰ ਵਾਲਾ ਸਿਸਟਮ ਠੀਕ ਹੈ, ਉਹ ਅਲੱਗ ਚੀਜ਼ ਰਹਿੰਦੀ ਹੈ ਵੀ ਹਾਂ ਇੱਕ ਕਿਸੇ ਨਾ ਕਿਸੇ ਨੂੰ ਤਾਂ ਪ੍ਰੋਡਕਟ ਸੇਲ ਕਰੂਗਾ ਹੀ ਕਰੂਗਾ, ਠੀਕ ਹੈ। ਹੁਣ ਉਹ ਕੀ ਆ, ਕੰਪਨੀ ਤੋਂ ਅੱਗੇ ਉਹ ਪ੍ਰੋਡਕਟ ਸੇਲ ਕਰਵਾਉਂਦਾ ਗਾ, ਠੀਕ ਹੈ, ਸੇਲਸ ਦਾ ਹੀ ਤਾਂ ਆਪਾਂ ਕਮਿਸ਼ਨ ਦੇ ਰਹੇ ਹਾਂ ਉਹਨੂੰ ਜੀ, ਸੇਲਸ ਦੀ ਕਮਿਸ਼ਨ ਦੇ ਰਹੇ ਹੋ ਤੁਸੀਂ, ਪਰ ਇਹ ਸੁਣਨ ਦੇ ਵਿੱਚ ਆਇਆ ਕਿ 10,000 ਰੁਪਿਆ ਕਿਸੇ ਨੇ ਲਗਾਇਆ ਤੁਹਾਡੇ ਉੱਤੇ, ਤੁਹਾਨੂੰ ਦਿੱਤਾ ਮਤਲਬ, ਤੇ ਤੁਸੀਂ ਉਹਨੂੰ ਕੱਪੜੇ ਦਿੱਤੇ, ਕੱਪੜੇ ਉਹਨਾਂ ਨੇ ਰੱਖ ਲਏ ਆਪਣੇ ਕੋਲ, ਉਹਨਾਂ ਨੇ ਇੱਕ ਬੰਦਾ ਤੁਹਾਡੇ ਨਾਲ ਜੁਆਇਨ ਕਰਵਾ ਦਿੱਤਾ ਗਿਆ ਜੀ, ਉਹਨੂੰ ਕੋਈ ਪੈਸਾ, ਉਹਨੇ ਫਿਰ ਅੱਗੇ ਦੋ ਬੰਦੇ ਹੋਰ ਜੁਆਇਨ ਕਰਵਾ ਦਿੱਤੇ, ਪਰ ਉਹਨਾਂ ਨੂੰ ਕੋਈ ਪੈਸਾ ਨਹੀਂ ਆਇਆ। ਇਹ ਉਹਨਾਂ ਦੇ ਪੇਰੈਂਟਸ ਦੀ ਵੀ ਵਰਡਿੰਗ ਹੈ ਤੇ ਉਹਨਾਂ ਦੀ ਆਪਣੀ ਵੀ ਵਰਡਿੰਗ ਹੈ, ਉਹਨਾਂ ਦੀ ਦਰਖਾਸਤ ਵੀ ਮਾਰਕ ਕੀਤੀ ਗਈ ਹੈ ਜੀ। ਸਰ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਗਾ, ਅਗਰ ਕੋਈ ਪਰਸਨ ਕੰਪਨੀ ਨਾਲ ਜੁੜਿਆ, ਉਹਨੇ ਤਾਂ ਪ੍ਰੋਡਕਟ ਖਰੀਦਿਆ, ਠੀਕ ਹੈ ਜੀ, ਪ੍ਰੋਡਕਟ ਹੁਣ ਜਦੋਂ ਅੱਗੇ ਸੇਲ ਕਰੂਗਾ, ਠੀਕ ਹੈ, ਕਮਿਸ਼ਨ ਤਾਂ ਸੇਲ ਦਾ ਹੀ ਆਉਣਾ ਨਾ, ਉਹ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟਿਆਂਗਾ, ਠੀਕ ਹੈ, ਅਗਰ ਉਹਨਾਂ ਨੇ ਸੇਲ ਅੱਗੇ ਕਰਵਾਈ ਆ, ਉਹਨੂੰ ਉਸ ਚੀਜ਼ ਦਾ ਕਮਿਸ਼ਨ ਨਹੀਂ ਆਇਆ ਗਾ, ਫਿਰ ਤੁਸੀਂ ਕਹਿ ਸਕਦੇ ਹੋ ਜਿਹਨੇ ਵੀ ਸੇਲ ਕਰਵਾਈ ਆ, ਠੀਕ ਹੈ, ਮੈਂ 100% ਗਰੰਟੀ ਦੇ ਨਾਲ ਕਹਿ ਸਕਦਾ, ਜਿਹਨੇ ਵੀ ਸੇਲ ਅੱਗੇ ਕਰਵਾਈ ਆ ਉਹਨੂੰ ਉਸਦਾ ਕਮਿਸ਼ਨ 100% ਆਇਆ ਹੀ ਆਇਆ ਗਾ। ਰਾਈਟ, ਪਰ ਮਾਫੀ ਚਾਹੁੰਦਾ ਆ ਕਿ ਮੈਂ ਇੰਨਾ ਟਾਈਮ ਵੀਡੀਓ ਨਹੀਂ ਚਲਾ ਸਕਦਾ ਸੀਗਾ, ਹੁਣ ਮੈਂ 32 ਮਿੰਟ ਹੋ ਗਏ ਨੇ ਤੁਹਾਡੇ ਨਾਲ ਗੱਲ ਕਰਦਿਆਂ, ਪਰ ਸਵਾਲ ਹਜੇ ਅਧੂਰੇ ਨੇ, ਮੈਂ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਵੀ ਕੁਝ ਗੱਲਾਂ ਬਾਤਾਂ ਦੀ ਜਾਰੀ ਰੱਖਾਂਗਾ, ਤੇ ਹੁਣ ਲਈ ਮੈਂ ਇਜਾਜ਼ਤ ਚਾਹੁੰਦਾ ਆ ਤੁਹਾਡੇ ਨਾਲ, ਕਿ ਇਸ ਤੋਂ ਵੱਧ ਵੀਡੀਓ ਨਹੀਂ, ਅਸੀਂ ਟਾਈਮ ਲਿਮਿਟ ਹੁੰਦੀ ਹੈ ਕੋਈ ਵੀਡੀਓ ਦੀ? ਨਹੀਂ ਨਹੀਂ ਜ਼ਰੂਰ, ਤੁਹਾਡੀਆਂ ਵੀ ਜੋ ਹੋਣਗੀਆਂ ਪਾਲਿਸੀਜ਼ ਹੋਣਗੀਆਂ, ਉਹਨਾਂ ਚੀਜ਼ਾਂ ਨੂੰ ਤੁਸੀਂ ਫੋਲੋ ਕਰਦੇ ਹੋ, ਠੀਕ ਹੈ, ਮੈਂ ਬਸ ਇਹੀ ਚੀਜ਼ ਕਹਿਣਾ ਚਾਹੂੰਗਾ, ਠੀਕ ਹੈ, ਕਿ ਹਾਂ ਜੋ ਵੀ ਤੁਸੀਂ ਟੈਲੀਕਾਸਟ ਕਰੋਗੇ ਉਹ ਸਹੀ ਤਰੀਕੇ ਨਾਲ, ਹਨਾ, ਜਿੱਦਾਂ ਅਸੀਂ ਗੌਰਮੈਂਟ ਦੀ ਗਾਈਡਲਾਈਨਸ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ, ਤੁਸੀਂ ਵੀ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਹੋਈ ਇਹ ਚੀਜ਼ਾਂ ਨੂੰ ਅੱਗੇ ਕਰੋਗੇ, ਠੀਕ ਹੈ। ਬਿਲਕੁਲ, ਬਸ ਇਸੇ ਚੀਜ਼ ਦੀ ਇੱਕ ਤੁਹਾਨੂੰ ਪਹਿਲਾਂ ਕਿਹਾ ਸੀ, ਬੜਾ ਵਧੀਆ ਲੱਗਿਆ ਵੀ ਤੁਸੀਂ ਇਸ ਚੀਜ਼ ਨੂੰ ਕਲੈਰੀਫਿਕੇਸ਼ਨ ਦੇ ਲਈ ਕਾਲ ਕੀਤਾ, ਬੜਾ ਵਧੀਆ ਲੱਗਿਆ, ਠੀਕ ਹੈ ਜੀ। ਕੋਈ ਵੀ ਅਗਰ ਜਾਣਕਾਰੀ ਪੈਂਡਿੰਗ ਰਹਿੰਦੀ ਹੋਊਗੀ, ਨੈਕਸਟ ਜਦੋਂ ਵੀ ਪੋਸੀਬਲ ਹੋਊਗਾ ਆਪਾਂ ਅਵੇਲੇਬਲ ਹੋਵਾਂਗੇ, ਜ਼ਰੂਰ ਆਪਾਂ ਉਸ ਚੀਜ਼ ਦੇ ਉੱਤੇ ਗੱਲਬਾਤ ਕਰਾਂਗੇ ਤੇ ਉਸ ਚੀਜ਼ ਨੂੰ ਅੱਗੇ ਕੰਟੀਨਿਊ ਰੱਖਾਂਗੇ। ਓਕੇ, ਥੈਂਕ ਯੂ ਸੋ ਮਚ। ਦਰਸ਼ਕੋ, ਤੁਸੀਂ ਜਿਵੇਂ ਕਿ ਦੇਖ ਰਹੇ ਹੋ ਕਿ ਇਸ ਸਮੇਂ ਅਵੀਨੋ ਕੰਪਨੀ ਹੈ ਜੋ ਕਿ ਧਾਂਦਰਾ ਰੋਡ ਦੇ ਉੱਤੇ ਹੈ, ਇਹਨਾਂ ਦੀ ਇਸ ਕੰਪਨੀ ਦੇ ਵਿੱਚ ਕੁਝ ਲੋਕ ਆਏ ਸਾਡੇ ਕੋਲ, ਕੁਝ ਬੱਚੇ ਆਏ ਜੋ ਇਹਨਾਂ ਨਾਲ ਐਸੋਸੀਏਟ ਸੀਗੇ, ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਸਾਡੇ ਨਾਲ ਧੋਖਾ ਹੋਇਆ। ਉਹ ਧੋਖੇ ਨੂੰ ਕਿਵੇਂ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦਾ ਸਪਸ਼ਟੀਕਰਨ ਵੀ ਲਿਆ, ਤੁਸੀਂ ਆਪ ਦੱਸ ਸਕਦੇ ਹੋ ਕਿ ਇਹ ਕੀ ਕਾਰਨ ਬਣੇ, ਕਿਉਂ ਉਹਨਾਂ ਨੇ ਇਹਨਾਂ ਤੇ ਇਲਜ਼ਾਮ ਲਗਾਏ, ਫਰੋਡ ਕੰਪਨੀ ਆਖਿਆ ਗਿਆ ਇਹਨਾਂ ਇਸ ਕੰਪਨੀ ਨੂੰ, ਤਾਂ ਪੂਰੀ ਅਗਲੀ ਇੰਟਰਵਿਊ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ। ਧੰਨਵਾਦ ਦੋਸਤੋ, ਧੰਨਵਾਦ ਜੀ।